ਕੇਜਰੀਵਾਲ ਦੇ ਮਾਡਲ ਨੂੰ ਲੈ ਕੇ ਜਿਹੜੇ ਸਾਡੇ ਕੈਂਡੀਡੇਟਸ ਹੋਣਗੇ ਅਫਕੋਰਸ ਆਪਣਾ ਚੁਣਾਵ ਲੜਨਗੇ, ਆਪਣਾ ਕੰਮ ਕਰਨਗੇ ਅਤੇ ਪੰਜਾਬ ਦੇ ਵਿੱਚ ਇਸੇ ਉਹਦੇ 'ਤੇ ਮਾਡਲ 'ਤੇ ਅਸੀਂ ਆਪਣਾ ਜਿਹੜੀ ਹੈ ਕੰਪੇਨ ਉਹਨੂੰ ਸਟਾਰਟ ਕਰੂੰਗੇ। ਸੋ ਮੈਂ ਚਾਹੂੰਗੀ ਕਿ ਜਿਹੜੀ ਨੇਮ ਲਿਸਟ ਆ ਉਹ ਚੇਅਰਮੈਨ ਸਾਹਿਬ ਆਪ ਅਨਾਊਂਸ ਕਰਨ। ਪੰਜ ਉਮੀਦਵਾਰ ਅਸੀਂ ਅਨਾਊਂਸ ਕਰਨ ਜਾ ਰਹੇ ਹਾਂ, ਇੱਕ ਨੰਬਰ 'ਤੇ ਸਰਦਾਰ ਭਗਵੰਤ ਸਿੰਘ ਜੀ ਮਾਨ, ਸਿਟਿੰਗ ਐਮ ਪੀ ਨੇ ਸੰਗਰੂਰ ਤੋਂ, 5,33,237 ਵੋਟਾਂ ਲਈਆਂ ਸੀ ਪਿਛਲੀ ਵਾਰੀ ਔਰ 2,11,721 ਦੇ ਫਰਕ ਨਾਲ ਜਿੱਤੀ ਸੀ। ਇਹ ਸਾਡੇ ਸੰਗਰੂਰ ਤੋਂ ਦੁਬਾਰਾ ਫੇਰ ਵੀ ਸਿਟਿੰਗ ਕੈਂਡੀਡੇਟ ਇਹ ਕੈਂਡੀਡੇਟ ਹੋਣਗੇ। ਦੂਸਰਾ ਪ੍ਰੋਫੈਸਰ ਸਾਧੂ ਸਿੰਘ ਜੀ, ਇਹ ਵੀ ਸਿਟਿੰਗ ਐਮ ਪੀ ਨੇ ਫਰੀਦਕੋਟ ਤੋਂ, 4,50,751 ਵੋਟਾਂ ਲਈਆਂ ਸੀ, ਮਾਰਜਨ ਸੀ 1,72,522 ਦਾ। ਤੀਸਰੇ ਕੈਂਡੀਡੇਟ ਨੇ ਸਾਡੇ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ, ਇਹ ਸਾਡੇ ਜ਼ੋਨ ਪ੍ਰੈਜ਼ੀਡੈਂਟ ਨੇ ਇਸ ਵਕਤ ਹੁਸ਼ਿਆਰਪੁਰ ਜ਼ੋਨ ਦੇ, ਰਵਜੋਤ ਸਿੰਘ ਸ਼ਾਮ 84 ਤੋਂ ਕੈਂਡੀਡੇਟ ਸੀ ਜੀ, ਫਰਵਰੀ 17 ਦੇ ਵਿੱਚ ਇਹਨਾਂ ਨੇ 42,797 ਵੋਟਾਂ ਲਈਆਂ ਸੀ। ਚੌਥੇ ਕੈਂਡੀਡੇਟ ਨੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤਸਰ ਸੀਟ ਤੋਂ ਕੁਲਦੀਪ ਸਿੰਘ ਧਾਲੀਵਾਲ, ਇਹ ਸਾਡੇ ਮਾਝਾ ਜ਼ੋਨ ਦੇ ਜ਼ੋਨ ਇੰਚਾਰਜ ਨੇ ਕੁਲਦੀਪ ਸਿੰਘ ਧਾਲੀਵਾਲ, ਮਾਝਾ ਜ਼ੋਨ ਦੇ ਪ੍ਰਧਾਨ ਨੇ ਜੀ। ਹਾਂਜੀ ਹਾਂਜੀ। ਪੰਜਵੇਂ ਨੇ ਜੀ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ, ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਇਹ ਸਾਡੇ ਫਾਈਨਾਂਸ ਕਮੇਟੀ ਦੇ ਵਿੱਤ ਕਮੇਟੀ ਦੇ ਚੇਅਰਮੈਨ ਨੇ ਔਰ ਪਿਛਲੇ ਵਾਰੀ ਐਸ ਐਸ ਨਗਰ ਮੋਹਾਲੀ ਜਿਹਨੂੰ ਕਹਿੰਦੇ ਅਸੀਂ, ਉਸ ਤੋਂ 38,931 ਵੋਟਾਂ ਦਾ ਇਹ ਲੈ ਕੇ ਜਿੱਤੇ, ਮਤਲਬ ਇਲੈਕਸ਼ਨ ਲੜੀ ਸੀ। ਸੋ ਇਹ 5 ਕੈਂਡੀਡੇਟ ਸਾਡੇ ਅਸੀਂ ਅਨਾਊਂਸ ਕੀਤੇ ਆ। ਪਿਛਲੇ 2-3 ਜਿਹੜੀਆਂ ਦੋ ਹੋਰ ਕਮੇਟੀ ਮੀਟਿੰਗਾਂ ਹੋਈਆਂ ਸੀਗੀਆਂ, ਉਸ ਮੀਟਿੰਗਾਂ ਦੇ ਵਿੱਚ ਇਹਨਾਂ ਦਾ ਡਿਸਕਸ ਹੋਇਆ ਸੀਗਾ। ਅਸੀਂ ਆਪਣੇ ਲੈਵਲ ਦੇ ਉੱਤੇ ਪਾਰਟੀ ਵੱਲੋਂ ਵੀ ਇਹਨਾਂ ਦਾ ਸਰਵੇ ਕਰਵਾਇਆ ਗਿਆ ਅੰਦਰੂਨੀ ਤੌਰ 'ਤੇ। ਦੂਜੀ ਗੱਲ ਇਹ ਸੀਗਾ ਕਿ ਇਹ ਜਿਹੜੇ ਵਰਕਰ ਨੇ, ਕਿਉਂਕਿ ਅਸੀਂ ਪਹਿਲਾਂ ਅਨਾਊਂਸ ਕੀਤਾ ਸੀ ਕਿ ਅਸੀਂ ਵਲੰਟੀਅਰ ਨੂੰ ਟਿਕਟ ਦੇਵਾਂਗੇ, 2 ਤਾਂ ਸਿਟਿੰਗ ਐਮ ਪੀ ਨੇ ਔਰ ਜਿਹੜੇ 3 ਨੇ ਇਹ, ਜਦੋਂ ਪਾਰਟੀ ਪਿਛਲੇ 1.5 ਸਾਲ ਦੇ ਵਿੱਚ ਇੱਕ ਸਾਡੀ ਪਾਰਟੀ ਵਾਸਤੇ ਇੱਕ ਪ੍ਰੀਖਿਆ ਦਾ ਸਮਾਂ ਸੀ। ਅੱਛਾ, ਉਸ ਉਹ ਬੰਦੇ ਇਹ ਇਨਸਾਨ ਉਹਨਾਂ ਦਿਨਾਂ ਤੋਂ ਲੈ ਕੇ ਪਾਰਟੀ ਦੇ ਨਾਲ ਤਨ ਮਨ ਧਨ ਦੇ ਨਾਲ ਕੋਈ ਕਸਰ ਨਹੀਂ ਛੱਡੀ, ਇਹਨਾਂ ਨੇ ਪਾਰਟੀ ਪਿੱਛੇ ਮਜ਼ਬੂਤ ਕਰਨ ਲਈ ਪੂਰਾ ਕੰਮ ਕੀਤਾ। ਲੰਬੇ ਸਮੇਂ ਤੋਂ ਵਲੰਟੀਅਰ ਤੌਰ 'ਤੇ ਕੰਮ ਕਰ ਰਹੇ ਸੀ, ਕਿਸੇ ਵੀ ਕੋਰ ਕਮੇਟੀ ਦੇ ਵਿੱਚ ਕੋਈ ਕਿੰਤੂ ਪਰੰਤੂ ਨਾ ਹੀ ਸਾਡੇ ਵਰਕਰਾਂ ਦੇ ਵਿੱਚ ਇਸ ਬਾਰੇ ਅਤੇ ਨਾ ਹੀ ਹੋ ਹੈਗੇ ਆ।
ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਜਿਹੜੀਆਂ ਪੰਜ ਸੀਟਾਂ ਨੇ ਉਹ ਅਸੀਂ ਅਨਾਊਂਸ ਕਰਨ ਦਿੱਤੀਆਂ ਹਨ। ਸੋ ਅਸੀਂ ਕੰਮ ਜਿਹੜਾ ਹੈਗਾ ਕੱਲ੍ਹ ਤੋਂ ਹੀ ਜਿਹੜਾ ਉਮੀਦਵਾਰ ਦਾ ਕੰਮ ਹੈ ਉਹ ਸਟਾਰਟ ਕਰ ਚੁੱਕੇ ਹਾਂ। ਬਾਕੀ ਅੱਠ ਕਦੋਂ ਕਰੋਗੇ? ਬੜੀ ਜਲਦੀ, ਜਿਵੇਂ ਵੀ ਸਾਡੀ ਕੋਰ ਕਮੇਟੀ ਦੀਆਂ ਨੈਕਸਟ ਮੀਟਿੰਗਸ ਹੋਣ ਤੇ ਬੜੀ ਜਲਦੀ ਜਿਹੜੀ ਆ ਨੈਕਸਟ ਲਿਸਟ ਨਵੰਬਰ ਦੇ ਵਿੱਚ ਆਈ। ਨਵੰਬਰ ਪੱਕਾ। ਬੁਜਰਾਮ ਸਰ, ਖਹਿਰਾ ਚੜਾਵੇ ਕਹਿੰਦਾ ਰਿਹਾ ਕਿ ਤੁਹਾਡੀ ਹੁਣ ਜਿਹੜੀ ਤਾਲਮੇਲ ਕਮੇਟੀਆਂ ਦੀ ਬੈਠਕ ਹੋਈ ਸੀਗੀ, ਉਸ ਤੋਂ ਬਾਅਦ ਤੁਹਾਡੇ ਵੱਲੋਂ ਕੁਛ ਵਿੰਗ ਦੇ ਦੀ ਅਨਾਊਂਸਮੈਂਟ ਕੀਤੀ ਗਈ, ਉਮੀਦਵਾਰਾਂ ਦੇ ਨਾਂ ਦੀ ਅਨਾਊਂਸਮੈਂਟ ਕੀਤੀ ਗਈ, ਤੁਹਾਨੂੰ ਲੱਗਦਾ ਨਹੀਂ ਤੁਸੀਂ ਪੰਜ ਉਮੀਦਵਾਰ ਬਿਨਾਂ ਸਲਾਹ ਮਸ਼ਵਰੇ ਤੋਂ ਕੀਤੇ ਨੇ, ਤਾਂ ਕਿਤੇ ਨਾ ਕਿਤੇ ਅੜਚਣ ਆਊਗੀ ਤਾਲਮੇਲ ਕਮੇਟੀ ਦਾ ਜਿਹੜਾ ਕੰਮ ਉਹਦੇ ਵਿੱਚ? ਮੈਂ ਚਾਹੁੰਦਾ ਵੀ ਇਸ ਤੋਂ ਬਾਅਦ ਥੋੜ੍ਹਾ ਜਿਹਾ ਸਪੋਕਸ ਪਰਸਨ ਸਾਡ ਗਏ ਇਸ ਗੱਲ ਉੱਤੇ ਗੱਲ ਕਰ। ਦੇਖੋ, ਪਾਰਟੀ ਹਮੇਸ਼ਾ ਹੀ ਉਹਨਾਂ ਦਾ ਵੈਲਕਮ ਕਰ ਰਹੀ ਹੈ, ਅੱਜ ਵੀ ਉਹਨਾਂ ਦਾ ਵੈਲਕਮ ਹੈ, ਪਰ ਜੋ ਇਸ ਵੇਲੇ ਟਾਈਮ ਦੀ ਡਿਮਾਂਡ ਆ, ਜੋ ਟਾਈਮ ਦੀ ਮੰਗ ਉਹ ਕਹਿ ਰਿਹਾ ਕਿ ਅਸੀਂ ਲੋਕ ਸਭਾ ਕੈਂਡੀਡੇਟਸ ਅਨਾਊਂਸ ਕਰੀਏ, ਅਸੀਂ ਕਦੀ ਉਹਨਾਂ ਨੂੰ ਡਿਨਾਈ ਨਹੀਂ ਕੀਤਾ, ਬਾਕੀ ਉਹਨਾਂ 'ਤੇ ਡਿਪੈਂਡ ਕਰਦਾ ਉਹਨਾਂ ਦੀ ਇੱਛਾ ਹੈ ਵਟ ਦੇ ਵਾਂਟ। ਇੱਕ ਨਵੰਬਰ ਤੱਕ ਉਹਨਾਂ ਨੇ ਜਿਹੜਾ ਨਾ ਜਿਵੇਂ ਸਾਥੀ ਨੇ ਗੱਲ ਕਹੀ ਹੈ ਵੀ ਉਹ ਕਹਿੰਦੇ ਵੀ ਜੇ ਨਵੀਆਂ ਨਿਯੁਕਤੀਆਂ ਜਾਰੀ ਰਹਿਣਗੀਆਂ ਤਾਂ ਸਾਡਾ ਡੈਡਲੋਕ ਰਹੇਗਾ, ਸਾਡੀ ਏਕਤਾ ਸੰਭਵ ਨਹੀਂ ਗੀ। ਅਤੇ ਤੁਸੀਂ ਤਾਂ ਕੈਂਡੀਡੇਟ ਹੀ ਅਨਾਊਂਸ ਕਰਤੇ, ਕੀ ਲੱਗਦਾ ਵੀ ਦੁਬਾਰਾ ਉਹਨਾਂ ਨਾਲ ਤੁਹਾਡੀ ਏਕਤਾ ਲਈ ਮੀਟਿੰਗ ਸੰਭਵ ਹੋਵੇਗੀ? ਅਸੀਂ ਆਲਰੇਡੀ ਦੇਖੋ ਪਿਛਲੀ ਵਾਰ ਵੀ ਕਮੇਟੀਜ਼ ਬਣਾ ਕੇ ਜਿੰਨਾ ਪਾਰਟੀ ਤੋਂ ਬੈਸਟ ਹੋ ਰਿਹਾ ਉਹ ਅਸੀਂ ਕਰ ਰਹੇ ਸੀਗੇ, ਅਸੀਂ ਆਪਣੀ ਹਰ ਕੋਸ਼ਿਸ਼ 'ਤੇ ਲੱਗੇ ਹੋਏ ਸੀ। ਔਰ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਕਿ ਅੱਜ ਵੀ ਅਸੀਂ ਉਹਨਾਂ ਨੂੰ ਵੈਲਕਮ ਕਰ ਰਹੇ ਹਾਂ ਕਿ, ਪਰ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦੀ ਕਿਉਂਕਿ ਜਿੱਥੇ ਪੰਜਾਬ ਦੇ ਲੋਕਾਂ ਦੀ ਮੰਗ ਆ, ਜਿੱਥੇ ਸਾਰਿਆਂ ਦੀ ਮੰਗ ਆ, ਇਸ ਵੇਲੇ ਟਾਈਮ ਦੀ ਜਿਹੜੀ ਮੰਗ ਆ ਕਿ ਅਸੀਂ ਇਸ ਪਾਰਟੀ ਦੇ ਪ੍ਰੋਸੈਸ ਨੂੰ ਜਾਂ ਲੋਕਾਂ ਦੇ ਕੰਮ ਨੂੰ ਅਸੀਂ ਵਿਚਾਲੇ ਰੋਕੀਏ, ਤਾਂ ਮੈਨੂੰ ਇਹ ਠੀਕ ਨਹੀਂ ਲੱਗਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਸਾਈਡਲਾਈਨ ਕੀਤਾ ਹੋਇਆ। ਆਪਣੇ ਹਲਕੇ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵੀ ਪ੍ਰੈਸ ਕਰੋ।